ਆਦਰਾ ਸੂਰਬੀਰਾ ਨੂੰ ਜਨਮ ਦੇਣ ਵਾਲੀ ਹੈ। ਇੱਥੇ ਸ਼ਹੀਦ ਸੰਤ ਹਰ ਤਰ੍ਹਾਂ ਦੇ ਮਹਾਂਪੁਰਖ ਜਿਨ੍ਹਾਂ ਨੇ ਸਮਾਜ ਨੂੰ ਉੱਚਿਆ ਚੁੱਕਿਆ, ਜ਼ੁਲਮ ਦੇ ਖਿਲਾਫ ਲੜੇ। ਆਓ ਇਸ ਗੱਲ ਉੱਤੇ, ਕਿਉਂਕਿ ਸੂਰਮਿਆਂ ਦੀ ਧਰਤੀ ਹੈ, ਇਹਦਾ ਸੁਭਾਅ ਹੈ ਜ਼ੁਲਮ ਦੇ ਖਿਲਾਫ ਲੜਨਾ। ਪੇਸ਼ ਕਰ ਰਹੇ ਹਨ ਭਾਈ ਸਰੂਪ ਸਿੰਘ, ਭਾਈ ਬਲਦੇਵ ਸਿੰਘ, ਲਾਲ ਸਿੰਘ ਜੀ ਤੇ ਜਗਦੀਪ ਸਿੰਘ ਰੰਧਾਵਾ। ਹੈ ਧਰਮ ਸੂਰਮੇ ਦਾ ਜਬਰ ਦੇ ਬਰ ਖਿਲਾਫ ਡਟ ਜਾਵੇ, ਸੂਰਮਾ ਉਹੀ ਕਹਿਲਾਉਣ ਦਾ ਹੱਕਦਾਰ ਹੈ ਜਿਹੜਾ ਜ਼ੁਲਮ ਦੇ ਖਿਲਾਫ ਲੜੇ, ਉਹ ਗਰੀਬਾਂ ਨੂੰ ਉੱਚਾ ਚੁੱਕੇ ਔਰ ਆਪਣੀ ਜ਼ਿੰਦਗੀ ਕਿਸੇ ਦੀ ਖਾਤਰ ਵਾਰ ਦੇਵੇ। ਸੁਣੀਏ ਪਿਆਰ ਨਾਲ, ਹੈ ਧਰਮ ਸੂਰਮੇ ਦਾ ਜਬਰ ਦੇ ਬਰ ਖਿਲਾਫ ਡਟ ਜਾਵੇ। ਜ਼ਾਲਮ ਦੀ ਜਾਤ ਨਹੀਂ, ਨਾ ਹੋਏ ਧਰਮਾਂ ਨਾਲ ਸੰਬੰਧਿਤ, ਰੰਗ ਨਸਲ ਦੀ ਭਿੰਨਤਾ ਨਹੀਂ, ਛਤਰੀ ਸ਼ੂਦ ਵੈਸ਼ ਜਾਂ ਪੰਡਿਤ, ਲੱਗ ਕੇ ਦਰਿਆਈ ਨੂੰ ਉਹਦਾ ਖੂਨ ਅਬਾਲੇ ਖਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਲਾਲੋ ਦੇ ਧੜੇ ਖਲੋ, ਆਖੇ ਜ਼ੁਲਮ ਕਮਾਣਾ ਭਾਗੋ, ਸੱਚ ਦਾ ਪ੍ਰਚਾਰ ਕਰੇ ਲੋਕੋ, ਰਮਜ ਸਮਝ ਕੇ ਜਾਗੋ। ਰਾਜਾ ਨੂੰ ਹੀ ਦੱਸੇ ਕੁੱਤੇ ਕਾਰਦਾਰ ਠਹਿਰਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਨਾ ਚੱਲੇ ਹੈਂਕੜ ਨੂੰ ਢਿੱਡ ਵਿੱਚ ਖੋਟ ਰੱਖੇ, ਨਾ ਮਾਸਾ ਛਾਤੀ ਵਿੱਚ ਜੋਸ਼ ਰੱਖੇ, ਸਮਝੇ ਮਰਨਾ ਖੇਲ ਤਮਾਸ਼ਾ। ਸਿੰਘ ਹੋ ਕੇ ਸਤਿਗੁਰ ਦਾ ਜਗ ਤੋਂ ਕਿਉਂ ਮਜਲੂ ਮਸਦਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਦੇਗਾਂ ਵਿੱਚ ਉਬਲ ਕੇ, ਦੇਗਾਂ ਵਿੱਚ ਉਬਲ ਕੇ ਆਖੇ ਦੇਗ ਤੇ ਕਬਜ਼ਾ ਮੇਰਾ, ਦੇਗਾਂ ਤੇ ਉਛਲ ਕੇ ਆਖੇ ਦੇਗ ਤੇ ਕਬਜ਼ਾ ਮੇਰਾ। ਦੇਗੋ ਦੇਗੋ ਕਹੇ ਮਰ ਕੇ ਮਾਨ ਜਗਤ ਵਿੱਚ ਪਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਟੋਟੇ ਹੋ ਧਰਤ ਡਿੱਗੇ, ਤਨ ਦਾ ਪੰਛੀ ਕਰਨ ਭੰਡਾਰਾ, ਇਹੋ ਜੇ ਮਰਦਾਂ ਦੇ ਕਦਮੀ ਜਗ ਟਹਿ ਪੈਂਦਾ ਸਾਰਾ। ਮਰ ਕੇ ਕਦਮ ਪੁੱਟੇ ਫਿਰ ਕੋ ਠੇਡਾ ਠੱਕਰ ਖਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਬਾਪੂ ਮਾਸੂਮਾਂ ਦਾ ਉਸਦੇ ਹੁੰਦਿਆਂ ਕੋਈ ਨਾ ਖੋਵੇ, ਸੱਤ ਪੱਤ ਦਾ ਰਾਖਾ ਹੋਏ ਕੱਢ ਕੇ ਬਾਂਹ ਵਿਧਵਾ ਕਿਉਂ ਰੋਵੇ। ਚਾਰਾਂ ਦੀ ਨਗਰੀ ਮੇ ਕਾਤ ਕੋਈ ਕਰ ਲਾਟ ਮਚਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਰਣ ਜਿੱਤੇ ਲੱਖ ਵਾਰੀ, ਰਣ ਜਿੱਤੇ ਲੱਖ ਵਾਰੀ, ਮੁਰਦਾ ਹੋਏ ਜਿਸਮ ਨਾ ਮਾਰੇ, ਹੋਵੇ ਮਾਣ ਇਲਾਕੇ ਨੂੰ ਭਰ ਕੇ ਨੀਂਦ ਸੌਣਗੇ ਸਾਰੇ। ਚੜ ਹਥਿਆਰਾਂ ਤੋਂ ਗਊਆ ਰੂਪੀ ਲੋਕ ਖਿਡਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਬਣੇ ਮਹਿਰਮ ਦੁਖੀਆਂ ਦਾ ਹਾਥੋਂ ਵਾਂਗਰ ਭਰ ਉਪਕਾਰੀ, ਸਦ ਜੁਗ ਵਰਤਾ ਦੇਵੇ ਜਿਸ ਥਾਂ ਉਤਰੇ ਉਹਦੀ ਸਵਾਰੀ। ਦੁਸ਼ਮਣ ਨੂੰ ਪੈ ਹੋਵੇ ਮਿੱਤਰ ਮਾਨ ਮਗਨ ਹੋ ਗਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਗੁਰੂ ਤੇਗ ਬਹਾਦਰ ਜੋ, ਗੁਰੂ ਤੇਗ ਬਹਾਦਰ ਜੋ ਡਟਦੇ ਮਦਲੂ ਮਾਂ ਲਈ ਕੱਲਾ, ਸਭ ਜੀ ਖੁਦਾ ਦੇ ਨੇ ਕੂਰੇ ਕਿਉਂ ਰਾਮ ਨੂੰ ਅੱਲਾ। ਮਤ ਜੋ ਪੜਦਾ ਲਾ ਸਾਡੀ ਭੇਟਾ ਸੀਸ ਚੜਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਜ਼ੁਲਮ ਵਿਰੋਧੀ ਹੋਏ ਬਾਕੀ ਹੋਏ ਪਿਆਰਾਂ ਦਾ ਸੋਮਾ, ਜਗ ਯੂਨੀਵਰਸਿਟੀ ਹੈ ਕਰਮਾਂ ਦਾ ਡਿਗਰੀ ਡਿਪਲੋਮਾ। ਬੈਂਕਾਂ ਜਦ ਤਾਂ ਮਿਲਦਾ ਦੁਖੀ ਦਾ ਦਰਦ ਸਰੂਪ ਸਮਾਵੇ। ਹੈ ਧਰਮ ਸੂਰਮੇ ਦਾ ਜ਼ਬਰ ਦੇ ਬਰ ਖਿਲਾਫ ਡਟ ਜਾਵੇ। ਗੁਰੂ ਦਾ ਸਿੰਘ ਹਮੇਸ਼ਾ ਜ਼ਬਰ ਦੇ ਖਿਲਾਫ ਡਟੇ। ਇਤਿਹਾਸ ਵਿੱਚ ਇੱਕ ਵਾਕਿਆ ਆਉਂਦਾ ਹੈ 1726 ਈਸਵੀ ਦਾ। ਇਹਨਾਂ ਦਿਨਾਂ ਵਿੱਚ ਪੰਜਾਬ ਲਾਹੌਰ ਦੇ ਤਖ਼ਤ ਉੱਤੇ ਖਾਨ ਬਹਾਦਰ ਜ਼ਕਰੀਆ ਖਾਨ ਬੈਠਾ ਹੈ। ਉਹ ਸਿੰਘ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ 10 ਸਾਲ ਨਿਖੜੇ ਅਮਨ ਨਾਲ ਦਿਨ ਕੱਟਣ ਵਿੱਚ ਯਕੀਨ ਰੱਖਣ ਲੱਗੇ।
पर हकूमत ने उन्हां उत्ते जुलम अदा धुंद इस तरह की कार्रवाई रखी के सिंघां नूं उठ के सामने डटना पिया। पट्टी दे इलाके विच इक साहिब राय चौधरी है जिहदा पिंड है नशहरा। नशहरे दो ने इस इलाके विच, इक नशहरा पनुआ दा और दूजा नशहरा ढाला पढ़ाने दे कोल। इस नशहरे ढाले दा चौधरी साहिब राय जिन्हें बहुत सारिया घोड़िया रखिया सिखा उत्ते टौटी करदा है, आप फरदा अपनिया वारां दे नाल तरह तरह के जुल्म करदा है। इहदियां घोड़िया फगण चेत दे दिनां विच जिमीदारां नूं तंग करदियां, उन्हां दियां फसलां खा जांदियां। सिखां ने जाके कहा चौधरी जी घोड़िया बन लो। चौधरी पुत्रिया होया कहण लगा कि घोड़ियां लई मेरे कोल रस्से है नहीं। सिखो जे तुसीं घोड़ियां बनाउणियां मैं नाई नूं मंगा के तुहाडे केस कट लैंदा। तुहाडे केसां दे रस्से वट के चौधरी दियां घोड़ियां बज सकदियां, ते उस तरह नहीं बज सकदियां। बोली सीना चीर गई। इन्हां ने दस्सिया बाबे अमर सिंह ते भाई बघेल सिंह नूं। जोधिआं ने कीती तैयारी चौधरी दी गल दा उत्तर देण लई। इन्हां ने रात दे विखे उस दियां घोड़ियां कट्ठियां कीतियां, पकड़ियां, आला सिंह दे कोल जाके वेचियां। लखमीर सिंह घरियालिया इन्हां दे नाल गया। वट्टी होई रकम बाबा तारा सिंह जी वहां दे लंगर विच पाई। बाबा तारा सिंह जी शहीद नगर वहां विच पैदा होए। यह बुटरां दा नगर है। बाबा तारा सिंह जी महान योधे अपने पंजां भरावां समेत गुरु दे अमृतधारी सन। इस नगर विच तीन सिंह होर भी जिहड़े दूजियां पत्तियां दे सन, वह भी गुरु गोबिंद सिंह दे खंडे बाटे दा अमर छक के तैयार बुर तैयार रहिंदे सन। बाबा जी ने अपनी पैरी विच एक डेरा बनाया है जिथे रात नूं सिंह उन्हां दे दर्शन करन लई आउंदे है, रोटी पानी छकदे है और सारा विचार वटांदरा उत्थे बह के हुंदा है। आखिर चौधरी साहब राय अपनियां घोड़ियां दे चोर लभदा लभदा इस डेरे उत्ते आ धमकिया। पुठियां सिद्धियां गल्लां करन लगा। बाबा तारा सिंह चौधरी नूं समझाउण दी कोशिश करदे है कि सिखां दे घर आण के, गुरु दे घर आण के, गुरुद्वारिआं विच आण के कड़त्तण भरे बोल नहीं बोली दे। किवें कहा बाबा जी ने? अहंकार चौधरी साहब जी इतना नहीं चंगा, थुकिया मेरा होवे ना निर्मल जल गंगा, थुकिया मेरा होवे ना निर्मल जल गंगा। बोलो जदों वेखिया बुटरा नहीं जालम
रोजे के बलदा पकड़ लिया फिर सिंगा ने रोजे के बलदा जुड़ लो लाल जी बेगाना टोलो तारा सिंह चौधरी धीरज नाल बोलो तारा सिंह चौधरी धीरज नाल बोलो मिठा बोलन नाल संसार मान करता है चौधरी ने कौड़ा बोलिया सिंगा ने लम्मा पा लिया खूब परेड कीती चौधरी दी तौण सुज गई नाल जिहड़ा थानेदार आया सी इहदे वीड़ बुच वजे ऐन जख्मी होके सिंगा तो चाटा छक के खालसे दा जिहड़ा उरा परा करे चज दी गल ना करे खालसा फिर उहनूं गर्म गर्म चाटा छकाउंदा है फिर खालसे जिहनूं चाटा छका दवे जिंदगी पर होर तां भावें सारा कुछ भुल जाए खालसे दा चाटा नहीं भुलदा चौधरी नूं बड़ा चाटा छकाया ते लै के थानेदार नूं नाल बाबा तारा सिंह जी नूं कहिंदा गया कि तुसां कुट्टिया तां मैनूं है लेकिन मैं अपने चोर बाबा तेरे तो लै लवांगा इन्हें इत्थों तक इतिहास विच लिखिया मारे बोल बोले कि चोर जुत्तियां ना लै लवांगा आखिर कौड़ी बोली का यही उत्तर सी कुट खा के पट्टी विच पहुंचया जौफर वेग पट्टी का फौजदार चौधरी की बेइज्जती वेख के लाल हो गया अखां विच अग बरसाई कहन लगा कि अज बाबे तारा सिंह ने चौधरी नूं कुट्टिया चौधरी साडी हुकूमत का थम है इहदा साफ मतलब कि भाई तारा सिंह हुकूमत नूं वंगारदा है मार के बिगल करके फौजियां नूं इकट्ठे सज्जन की बेइज्जती का बदला लैण लई हे इह उह पक्की करदा भाई होया बिगल ज खबरे दा फौजी होए इकट्ठे सारे फिर हाक पट्टी दा खड़के सबना नूं ललकारे सरदार बहादुर हो हल्ला चल दे जाए तराया खजना दी बिजती दा बदला फौरी जाए चुकाया तारा सिंह माइया जो भुल गया रोब असा वे डरदा जब मल्ले च रसते नूं फनियर नाज उदों ही मरदा नहीं मिटेगा दिन बा दिन चढ़ती करावी जाएगा
आखिर नु ए सच है कि जो दोहरा सिंह रात दिन पढ़ते हैं राज करेगा खालसा, आकी रहे ना कोई ख्वार होए सब मिलेंगे, बचे शर्म जो हुए। खालसे ने कदे किसे उत्ते जुल्म नहीं कीता, किसे दा रोब खालसा चलने लई तैयार नहीं हुंदा, बस यही लड़ाई है खालसे दी बाकी दी दुनिया नाल। ओ रात दिन गाउंदा पै कहूं को देत ने नह पै मान तार, किसे नु वादू डर देना नहीं ते किसे दी पौस खालसे ने चलनी नहीं। आओ जरा वेखिए जालम जाफर बेग भाई तारा सिंह ते उहदे साथियां नु गिरफ्तार करन लई अपनी फौज लैके वाह नगर विच आया। आखिर पिंड तो बाहर अमृत वेला है, बाबा बघेल सिंह जी सूरवीर योधा जंगल मैदान लई बाहर गए ने, इन्हां घोड़ियां दे सुंभ खड़कदे वेखे मिंट विच ये गल समझ गए कि उही चौधरी है फौज लैके आ गया जिन्हों कल कुट पई सी, जिन्हों कल चाहदा छकाया सी। बाबा जी ने सोचा मैं डेरे खबर दवा, फिर विचार आई कि जे मैं डेरे नूं चले गया तो आने वाली दुनिया कहेगी सिंह मौत तो डरदा भज गया। अमृत धारी नूं इस गल की लाज है कि रण तत्ता वेख के वो वापस क्यों चला जाए, पुरजा पुरजा तो कत मरे पर खेत छड़ना सूरमे का हक नहीं। आओ जरा वेखिए बाबा जी बाबा बघेल सिंह तिखा नेजा लैके आए हुए 500 दुश्मन नूं ललकार के वे सामने हे क्यों डट खलोते वाली मेरे सुखाने सारी दुनिया नेड़े टूट पई ली परखे जा सजनी उस वेले जद बाजी पुठी पैंदी विच सला दे जिस दो सस्सी रोई ते पुलाई उड़ गया कजला रुड़ पुड़ जाना हथां नूं छड गई लैंदी शमा शमा एक खुशी परवाना हो गया मचण लीलाद ते रवाना हो गया ओ मचण लीलाद ते रवाना हो गया एरी पीर रस अंग अंग विच रच गया खालसा खंडे दी तारे उत्ते नच गया खालसा खंडे दी तारे उत्ते नच गया मानो कारवारी अगे ली परे रले ओ मानो कारवारी अगे ली परे रले एरी कूड़ दे तुबाने अगे वेर सच गया खालसा खंडे दी तारे उत्ते नच गया खालसा खंडे दी तारे उत्ते नच गया तंदूर तो तीर चले वांगो नगरे तंदूर तो तीर चले वांगो नगरे ओ डोल दिते तेल मच दे चरागे भी डोले जिन्ना तेल मच दे चरागे एरी पराज मलार हो गए गच गया खालसा खंडे दी तार उत्ते नच गया खालसा खंडे दी तार उत्ते नच गया ਜੋਤ ਜਗਾਉਣੀ ਚਾਹੁੰਦੇ ਹੈ। ਭਾਈ ਤਾਰਾ ਸਿੰਘ
ਉਹਨਾਂ ਦੇ ਸਾਥੀਆਂ ਨੇ ਮਾਰ ਕੇ ਨਗਾਰੇ ਉੱਤੇ ਚੋਟ ਉਸ ਰਣ ਭੂਮੀ ਵੱਲੇ ਜਿੱਥੇ ਦੁਸ਼ਮਣ ਨੂੰ ਘੇਰ ਕੇ ਬਾਬਾ ਜੀ ਖਲੋਤੇ ਸਨ ਹੋ ਕੇ ਅਸਵਾਰ ਘੋੜਿਆਂ ਉੱਤੇ ਜੋਧੇ ਸੂਰਬੀ ਦੁਸ਼ਮਣ ਨਾਲ ਲੜਨ ਲਈ ਹੇ ਰਣ ਮੈਦਾਨ ਵਿੱਚ ਇਉਂ ਆਣ ਆਪਣੇ ਭਾਈ ਜਦ ਵੱਜੇ ਲਲਕਾਰੇ ਰਣ ਵਿੱਚ ਤੇਜ ਢਾਲ ਤੇ ਖੜਕੇ ਰਣ ਭੂਮੀ ਵਿੱਚ ਗੱਜੇ ਬਹਾਦਰ ਝੱਟ ਘੋੜਿਆਂ ਤੇ ਚੜ ਕੇ ਹੱਸ ਖਰੀਦਣ ਮੌਤ ਧਰਮ ਤੋਂ ਆ ਗਏ ਅਸਲ ਵਪਾਰੀ ਦੀ ਚੱਲ ਨਾ ਸਕਣ ਜੋ ਪੂਜਾਰੀਆਂ ਡਾਲ ਨੱਸੇਗਾ ਜੀ ਚੱਲ ਨਾ ਸਕੇ ਸੂਰ ਮਿਆਰੀਆਂ ਮਾਰਾ ਹੋਰ ਕਿਸੇ ਦੀ ਧਰ ਤੋਂ ਲੜਕੇ ਕੋਈ ਫੱਤੇ ਨੂੰ ਪੂੰਜੇ ਰੋਹ ਵਿੱਚ ਸ਼ਰਦਾ ਸਿੰਘ ਜਗਾਰੇ ਸੁਣ ਕੇ ਅੰਬਰ ਗੂੰਜੇ ਕਰ ਸਕਦੇ ਹੋ
ਭਾਈ ਸਰੂਪ ਸਿੰਘ ਜੀ ਸੂਰਵਿੰਡ ਜ਼ਿਲ੍ਹਾ ਅੰਮ੍ਰਿਤਸਰ, ਭਾਈ ਬਲਦੇਵ ਸਿੰਘ ਜੀ ਵੀਪੀਓ ਬੈਂਕਾ ਜ਼ਿਲ੍ਹਾ ਅੰਮ੍ਰਿਤਸਰ, ਲਾਲ ਸਿੰਘ ਜੀ ਚੂਸਲੇਵਾਰ ਜ਼ਿਲ੍ਹਾ ਅੰਮ੍ਰਿਤਸਰ, ਜਗਦੀਸ਼ ਸਿੰਘ ਜੀ ਰੰਧਾਵਾ ਪਿੰਡ ਮਹਿਮਾ ਚੱਕ ਜ਼ਿਲ੍ਹਾ ਗੁਰਦਾਸਪੁਰ, ਧੰਨਵਾਦ ਰਿਕਾਰਡਿੰਗ ਕੰਪਨੀ ਰੰਧਾਵਾ ਵਾਲਿਆਂ ਦਾ ਜਿਨ੍ਹਾਂ ਨੇ ਸਾਹਿਬ ਬਾਬਾ ਤਾਰਾ ਸਿੰਘ ਜੀ ਦਾ ਪਵਿੱਤਰ ਜੀਵਨ ਰਿਕਾਰਡ ਕਰਵਾ ਕੇ ਸ਼ਹੀਦਾਂ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਧੰਨਵਾਦ ਸਾਹਿਬ ਬਾਬਾ ਮੇਜਰ ਸਿੰਘ ਜੀ ਜਿਹੜੇ BA ਦੀ ਤਲੀਮ ਕਰਕੇ ਲੋਕ ਸੇਵਾ ਵਿੱਚ ਜੁਟੇ, ਸ਼ਹੀਦਾਂ ਦੇ ਪਵਿੱਤਰ ਅਸਥਾਨਾਂ ਨੂੰ ਉਹ ਉਸਾਰ ਰਹੇ ਨੇ, ਜਿਨ੍ਹਾਂ ਨੂੰ ਸਿੱਖਿਆ ਸਾਹਿਬ ਬਾਬਾ ਜਰਨੈਲ ਸਿੰਘ ਤੋਂ ਮਿਲੀ, ਜਿਨ੍ਹਾਂ ਨੇ ਸਾਹਿਬ ਬਾਬਾ ਖੜਗ ਸਿੰਘ ਜੀ ਦੀ ਸੇਵਾ ਕਰਕੇ ਇਹ ਪਰਮ ਪਦਵੀ ਪ੍ਰਾਪਤ ਕੀਤੀ ਔਰ ਸੇਵਾ ਵਿੱਚ ਲਿਵਲੀਨ ਰਹਿੰਦੇ ਨੇ। ਉਹਨਾਂ ਦੇ ਹੁਕਮ ਅਨੁਸਾਰ ਇਹ ਕਵੀਸ਼ਰ ਜਥਾ ਬਾਬਾ ਜੀ ਦਾ ਪ੍ਰਸੰਗ ਰਿਲੀਜ਼ ਕਰ ਰਿਹਾ ਹੈ ਔਰ ਇਸ ਤੋਂ ਬਾਅਦ ਹੋਰ ਵੀ ਬਾਬਾ ਜੀ ਬਾਰੇ ਬਹੁਤ ਸਾਰੀਆਂ ਕਰਤਾਵਾਂ, ਬਹੁਤ ਸਾਰੇ ਪ੍ਰਸੰਗ ਜੋ ਛਾਪੇ ਵੀ ਜਾਣਗੇ। ਜਿਵੇਂ ਜਿਵੇਂ ਬਾਬਾ ਮੇਜਰ ਸਿੰਘ ਜੀ ਹੁਕਮ ਕਰਨਗੇ ਤਿਵੇਂ ਤਿਵੇਂ ਹੀ ਅਸੀਂ ਸ਼ਹੀਦਾਂ ਦੀ ਵਾਰ ਲਿਖਦੇ ਤੇ ਗਾਉਂਦੇ ਤੁਰੇ ਜਾਵਾਂਗੇ, ਕਿਉਂਕਿ ਕਵੀਸ਼ਰ ਦਾ ਧਰਮ ਹੈ ਉਹ ਆਪਣੇ ਸ਼ਹੀਦਾਂ ਦੀ ਵਾਰ ਲਿਖੇ, ਉੱਚੀ ਸੁਰ ਨਾਲ ਗਾਵੇ ਔਰ ਮੁਰਦੀਆਂ ਰੂਹਾਂ ਵਿੱਚ ਜਾਨ ਪਾ ਕੇ ਲੋਕਾਂ ਨੂੰ ਇਹ ਦੱਸੇ ਕਿ ਸਾਡੇ ਵੱਡ ਵਡੇਰਿਆਂ ਨੇ ਕੀ ਕੀਤਾ ਔਰ ਸਾਡਾ ਨਿਸ਼ਾਨਾ ਕੀ ਹੈ। ਉਹੀ ਗੱਲ ਗਾਵੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਬਲਦੇਵ ਸਿੰਘ ਦੇ ਜਥੇ ਤੋਂ ਦੂਜੇ ਪਾਸੇ ਸੁਣੋ ਯੁੱਧ ਕਿਵੇਂ ਹੋਇਆ। ਜ਼ਕਰੀਆ ਖਾਨ ਖਾਨ ਬਹਾਦਰ ਸਿੰਘਾਂ ਦਾ ਦੁਸ਼ਮਣ ਮੰਨਿਆ ਗਿਆ, ਜੋ ਜੋ ਜ਼ੁਲਮ ਇਹਨੇ ਪੰਜਾਬ ਦੀ ਧਰਤੀ ਵਿੱਚ ਕੀਤੇ ਉਹ ਹੋਰ ਕਿਤੇ ਇਤਿਹਾਸ ਵਿੱਚ ਨਹੀਂ ਮਿਲਦੇ। ਇਹਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਸਿੰਘਾਂ ਦਾ ਖੁਰਾ ਖੋਜ ਮਿਟਾ ਕੇ ਇਸਲਾਮੀ ਰਾਜ ਪੰਜਾਬ ਵਿੱਚ ਪੱਕਾ ਕਰ ਦਿਆਂ, ਪਰ ਸਿੰਘ ਗੁਰੂ ਦੀ ਬਖਸ਼ਿਸ਼ ਨਾਲ ਇਸ ਨੂੰ ਹਰਾ ਕੇ, ਇਹਦੋਂ ਬਾਅਦ ਇਹਦੇ ਪੁੱਤਰਾਂ ਨੂੰ ਹਰਾ ਕੇ ਉਹਨਾਂ ਨੇ ਪੰਜਾਬ ਵਿੱਚ ਸਿੱਖ ਰਾਜ ਦਾ ਝੰਡਾ ਬੁਲੰਦ ਕੀਤਾ। ਆਓ ਵੇਖੀਏ, ਜ਼ਕਰੀਆ ਖਾਨ ਖਾਨ ਬਹਾਦਰ ਪਹਿਲੀ ਲੜਾਈ ਖਾਲਸੇ ਨਾਲ ਲੜਨ ਲੱਗਾ ਹੈ ਤੇ ਸਿੰਘ ਵੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਪਹਿਲੀ ਵਾਰ ਜੰਗੇ ਮੈਦਾਨ ਵਿੱਚ ਆ ਕੇ ਦੁਸ਼ਮਣ ਨਾਲ ਲੋਹਾ ਲੈਣ ਲੱਗੇ। ਫਰਕ ਇਸ ਗੱਲ ਦਾ, ਸਿੰਘ ਸੱਚ ਲਈ ਲੜਦੇ ਹੈ, ਨਿਆਂ ਲਈ ਲੜਦੇ ਹੈ, ਦੂਜੇ ਪੱਖ ਵਿੱਚ ਜ਼ਾਲਮ ਆਪਣੇ ਰਾਜ ਲਈ ਲੜਦਾ ਹੈ। ਉਹ ਲੋਕਾਂ ਨੂੰ ਕੋਹਣ ਵਾਸਤੇ, ਲੁੱਟਣ ਵਾਸਤੇ, ਮਾਰਨ ਵਾਸਤੇ ਲੜਦਾ ਹੈ, ਉਹ ਸਦਾ ਲਈ ਆਪਣੀਆਂ ਨੀਂਹਾਂ ਪੱਕੀਆਂ ਕਰਦਾ ਹੈ। ਪਰ ਜਿਹੜਾ ਕੋਈ ਜ਼ੁਲਮ ਕਰਦਾ ਹੈ ਉਹ ਆਪਣੀ ਨੀਂਹ ਉਖਾੜ ਲੈਂਦਾ ਹੈ, ਜਿਹੜਾ ਧਰਮ ਕਰਦਾ ਹੈ ਸੰਸਾਰ ਵਿੱਚ ਉਹ ਰਾਜਪਾਲ ਕਰਨ ਦੇ ਕਾਬਲ ਹੁੰਦਾ ਹੈ। ਜ਼ਕਰੀਆ ਖਾਨ ਖਾਨ ਬਹਾਦਰ ਦੀ ਕਚਹਿਰੀ ਵਿੱਚ ਪੱਟੀ ਦੇ ਫੌਜਦਾਰ ਜੋਫਰ ਬੇਗ ਨੇ ਭਾਈ ਤਾਰਾ ਸਿੰਘ ਜੀ ਮਹਾਂਪੁਰਸ਼ ਦੇ ਖਿਲਾਫ ਕੀ ਲੂਟੀ ਲਾਈ, ਆਪਣੇ ਭਤੀਜਿਆਂ ਦੀਆਂ ਲਾਸ਼ਾਂ ਸਾਹਮਣੇ ਰੱਖ ਕੇ ਪੇਸ਼ ਕਰ ਰਹੇ ਹਨ। ਭਾਈ ਲਾਲ ਸਿੰਘ ਜੀ ਜਗਦੀਸ਼ ਤੇ ਭਾਈ ਸਰੂਪ ਸਿੰਘ ਜੀ ਲਿਖਤ ਹੈ ਬਲਦੇਵ ਸਿੰਘ ਬੈਂਕੇ ਦੀ, ਇਉਂ ਬਿਆਨ ਕੀਤਾ ਹੈ। ਪਿਆ ਦਵੇ ਦੁਹਾਈਆਂ ਨੂੰ ਕੂਕੇ ਉੱਚੀਆਂ ਕਰ ਕਰ ਬਾਵਾਂ, ਮੇਰੇ ਕਿਸ ਕੰਮ ਆਈਆਂ ਤੇਰੇ ਰਾਜ ਭਾਗ ਦੀਆਂ ਛਾਵਾਂ। ਕੰਮ ਆਈਆਂ ਤੇਰੇ ਰਾਜ ਭਾਗ ਦੀਆਂ ਛਾਂ।
सुन के जकरिया खान नू अग लग उठी। उन्हें उसे वेले मोमन खान नायब सूबेदार नू दरबार विच बुला के भाई तारा सिंह दा डेरा खाक विच मिला देने लई उसनू जिंदा जा मोया सरकार दे पेश कर ली हुक्म दिते। 8,000 मुगल फौज लैके मोमन खान नायब सूबेदार लाहौर दा तुरिया नगरवा वल नू। इन्हें बुद्धू दे आवे कोल जो प्रांत निर्वाह सी उथे अपनी फौज नू उतार के भर्ती की जिदे विच बहुत वड्डे वड्डे खबी खान तकड़े दिलों वाले योद्या नू भर्ती किया। एक काजी जेड़ा दरबार विच बैठा सी वह मोमन खान नू बड़ी हौली जी कहन लगा, मोमन खान सिंघां नू मारना नहीं, उथे जिउंदे फड़के लियायो, इत्थे उहनां दा तमाशा वेखांगे। हुण मुगल जाणदे ने जिहड़ा सिंघां दे खिलाफ लड़न जावे उहदी तां आपणी खैर नहीं हुंदी कदी, ते सिंघां नू जिउंदे फड़ना कितें छोटी जी गल है। मोमन खान ने काजी नू बाहों फड़ के आख्या, काजी साहब तुसी मेरे नाल चलो, जिवें तुसी आखोगे उस ढंग नाल बाबा जी नू फड़ लवांगे। सुनदिया सार काजी नू गश पै गई कि जे मैनू जंग विच लै गए ते बाबे दे खंडे नाल मेरे पता नहीं किन्ने टोटे हो जाण, ए वी मां मर जाए जां दुबारा कुया होवे। चुप ही कर गया। इन्नी दहशत सी सिंघां दी, इन्ना डर सी सिंघां दा। आओ जरा वेखिए, मोमन खां नायब सूबेदार नगरवा उत्ते चढ़ाई करन लई तैयारी करदा है, और किहो जिहा रंग है उहदी तैयारी दा, यह सारा हवाल इक चौक विच पेश कर रहे हैं भाई लाल सिंह जी और बलदेव सिंह बैंका। इहो बयान कीता है। जंगी दर महिला ने बल दी आलात पतंगे चले ने सा।
ਫੌਜਾਂ ਜਲ ਖੜੀਆਂ ਨੇ ਪੱਛੋ ਬੁੱਲ ਦੇਵਤਾ ਆਉਣਗੇ ਹੋਈ ਤਬਾਈ ਤੋਂ ਚੱਲੇ ਕੁਰਬਾਨ ਹੋਣ ਲਈ ਦੀਨ ਆਲਾਈ ਤੋਂ ਤਾਰਾ ਸਿੰਘ ਲਿਆਉਣਾ ਫੜ ਕੇ ਇਹਨਾਂ ਚਾਰ ਮੁਗਲਾਂ ਦੇ ਮੁੰਡਿਆਂ ਨੂੰ ਕਹਿੰਦੇ ਸਿੰਘਾਂ ਦੇ ਹੱਥੋਂ ਸ਼ਹੀਦ ਹੋ ਗਏ ਬਹਿਸ਼ਤ ਮਿਲੇਗੀ ਜੇ ਜਿੱਤ ਗਏ ਸਰਕਾਰ ਤੋਂ ਇਨਾਮ ਮਿਲੇਗਾ ਮਰ ਗਏ ਤੇ 72 ਹੂਰਾਂ ਮਿਲਣਗੀਆਂ ਹੋਰ ਮੁਹੰਮਦ ਦੀ ਸਿਫਾਰਿਸ਼ ਹੋਏਗੀ ਮੁਗਲ ਮੁਸਲਮਾਨ ਸਾਰੇ ਹੀ ਚਾਹੇ ਪਠਾਨ ਇਸ ਨਾਰੇ ਉੱਤੇ ਮਰਦੇ ਆ ਰਹੇ ਨੇ ਆਓ ਵੇਖੀਏ ਮੋਮਨ ਖਾਨ ਨੇ ਸ਼ਾਹੀ ਸਕੀਮ ਅਨੁਸਾਰ ਜੰਗੀ ਲਿਹਾਜ ਅਨੁਸਾਰ ਤੜਕੇ ਦੇ ਵੇਲੇ ਸਿੰਘਾਂ ਨੂੰ ਸੁੱਤਿਆਂ ਪਿਆ ਦਬਾਉਣ ਦੀ ਨੀਯਤ ਨਾਲ ਨਗਰਵਾਹ ਉੱਤੇ ਚਫੇਰਿਓਂ ਘੇਰਾ ਪਾ ਕੇ ਹੱਲੇ ਦੀ ਸਕੀਮ ਬਣਾਈ ਇਦੋਂ ਇੱਕ ਸਿੱਖ ਅੰਮ੍ਰਿਤ ਵੇਲੇ ਪਹਿਲਾਂ ਹੀ ਆਣ ਕੇ ਬਾਬਾ ਜੀ ਨੂੰ ਦੱਸ ਗਿਆ ਸੀ ਕਿ ਬਾਬਾ ਜੀ ਡੇਰਾ ਛੱਡ ਜਾਓ ਦੁਸ਼ਮਣ ਆ ਰਿਹਾ ਬਾਬਾ ਜੀ ਨੇ ਉਹਦੀ ਗੱਲ ਸੁਣ ਕੇ ਉਸਦਾ ਸਤਿਕਾਰ ਕੀਤਾ ਮਾਣ ਕੀਤਾ ਖੰਡੇ ਨਾਲ ਲੀਕ ਖਿੱਚ ਕੇ 52 ਸਿੰਘਾਂ ਨੂੰ ਇਹ ਪੱਕੀ ਕਰ ਦਿੱਤੀ ਕਿ ਜਿੰਨੇ ਜਾਣਾ ਹੁਣੇ ਚਲੇ ਜਾਏ ਅਸੀਂ ਮਰਾਂਗੇ ਦੁਸ਼ਮਣ ਨਾਲ ਲੜਾਂਗੇ ਔਰ ਸਿੱਖੀ ਦਾ ਝੰਡਾ ਉੱਚਾ ਕਰਾਂਗੇ ਕੋਈ ਵੀ ਪਿੱਛੇ ਨਾ ਗਿਆ ਸਾਰੇ ਸ਼ਹਾਦਤ ਲਈ ਤਿਆਰ ਹੋਏ ਦਿਨ ਚੜ੍ਹਦੇ ਆ ਦੁਸ਼ਮਣ ਉੱਤੇ ਹਮਲਾ ਕੀਤਾ ਬਾਬਾ ਜੀ ਨੇ ਅੱਗੋਂ ਮੂੰਹ ਤੋੜਵਾ ਉੱਤਰ ਦਿੱਤਾ ਫੌਜ ਵਿੱਚ ਭਾਜੜ ਪੈ ਗਈ ਕਿਉਂਕਿ ਸਿੰਘ ਤਾਂ ਤਿਆਰ ਬੁਰ ਤਿਆਰ ਸਨ ਮੋਮਨ ਖਾਨ ਨੇ ਫੌਜ ਨੂੰ ਇਕੱਠਿਆ ਕੀਤਾ ਕਰਕੇ ਇਕੱਠਿਆ ਇੱਕ ਵਾਰੀ ਲਾਓ ਲਕਸ਼ਰ ਉਹਦੇ ਵਿੱਚ ਫਿਰ ਤਕਰੀਰ ਕਰਕੇ ਜਿੱਤ ਦੇ ਗੁਣ ਦੱਸ ਕੇ ਮਰਨ ਦੇ ਗੁਣ ਦੱਸ ਕੇ ਉਹਨਾਂ ਨੂੰ ਮਰਨ ਲਈ ਫਿਰ ਪ੍ਰੇਰ ਲਿਆ ਤੱਕੀ ਬੇਗ ਜਰਨੈਲ ਹੈ ਇਸ ਫੌਜ ਵਿੱਚ ਚਾਰ ਜਰਨਲ ਸਨ ਜਿਹੜੀ ਬਾਬਾ ਜੀ ਨਾਲ ਲੜਨ ਵਾਸਤੇ ਆਈ ਇੱਕ ਹੁਕਮਰਾਨ ਨੈਬ ਸੂਬੇਦਾਰ ਕਮਾਨ ਅਫਸਰ ਆਪ ਹੈ ਔਰ ਜਰਨੈਲਾਂ ਦੇ ਇਸ ਤਰ੍ਹਾਂ ਨਾਮ ਨੇ ਜਰਨਲ ਤੱਕੀ ਬੇਗ ਹੈ ਇੱਕ ਹਾਥੀ ਤੇ 2000 ਜਵਾਨ ਇਹਦੀ ਕਮਾਨ ਥੱਲੇ ਲੜਦਾ ਇੱਕ ਜਰਨਲ ਮੁਰੀਦ ਖਾਨ ਹੈ ਇੱਕ ਹਾਥੀ ਤੇ 2000 ਬੰਦਾ ਇਸਦੀ ਕਮਾਨ ਥੱਲੇ ਦੋ ਪੂਰਬੀਏ ਜਰਨੈਲ ਨੇ ਇੱਕ ਦਾ ਨਾਮ ਦਇਆ ਰਾਮ ਹੈ ਇੱਕ ਦਾ ਨਾਮ ਮੁਨਸ਼ਾ ਰਾਮ ਹੈ ਸਾਰੀ ਕਮਾਨ ਸਾਂਝੀ ਮੋਮਨ ਖਾਨ ਦੇ ਹੱਥ ਵਿੱਚ ਹੈ ਜਰਾ ਕੁ ਦਿਨ ਚੜਿਆ ਲੱਗਦੀ ਲੋ ਨਾਲ ਅੱਗਾ ਪਿੱਛਾ ਵੇਖ ਕੇ ਪੂਰੀ ਤਰ੍ਹਾਂ ਇਸਨੇ ਤੱਕੀ ਬੇਗ ਤੁਰਾਨੀ ਨੂੰ ਜਿਹੜਾ ਲੋਹੇ ਵਿੱਚ ਮਰਿਆ ਜਰਨੈਲ ਸੀ ਮੋਮਨ ਖਾਨ ਨੇ ਬਾਬਾ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਲੈਸ ਕਰਕੇ ਆਪਣੇ ਜਰਨਲ ਨੂੰ ਇਸ ਯੁੱਧ ਵਿੱਚ ਝੋਕਿਆ ਆਓ ਵੇਖੀਏ ਯੁੱਧ ਵਿੱਚ ਵਰਦਿਆ ਤੱਕੀ ਬੇਗ ਨੇ ਕੀ ਹੱਥ ਵਿਖਾਏ ਤੇ ਬਾਬਾ ਤਾਰਾ ਸਿੰਘ ਜੀ ਨੇ ਇਸ ਨੂੰ ਜਾਨੋ ਕਿਵੇਂ ਮਾਰਿਆ ਤੱਕੀ ਬੇਗ ਜਰਨੈਲ ਨੇ ਰਣ ਕੀਤਾ ਤੱਤਾ ਵਧਿਆ ਬਦਲਾ ਲੈਣ ਨੂੰ ਹੋਰ ਵਿੱਚ ਮੱਤਾ ਹੋਈ ਤੇਗ ਦੀ ਰਣਗਲ ਜਨ ਸੂਰੇ ਵਧਿਆ
ਦੀ ਚੜਿਆ ਅੱਖਾਂ ਨਾ ਮੋਤ ਵੰਨਾਰ ਦੀ ਨਾ ਸਮਝੀ ਦੂਰੇ ਸਿੰਜ ਪਈ ਹੋਈ ਤਿਆਗ ਦੀ ਰਣ ਗਰਜਨ ਸੂਰੇ ਰੱਖ ਕੇ ਪਾਰ ਰਕਾਬ ਤੇ ਰੱਖ ਕੇ ਪਾਰ ਰਕਾਬ ਤੇ ਗੁੱਸੇ ਵਿੱਚ ਆ ਗਏ ਮੂਹਰ ਚ ਨੇ ਜਾ ਮਾਰਿਆ ਸਿੰਘ ਕਾਲ ਗਜਾ ਕੇ ਬਹਾਦਰ ਜਨਰਲ ਤਕੀ ਬੇਗ ਦੇ ਸਾਹਮਣੇ ਆਏ ਤੀਰਾਂ ਤਲਵਾਰਾਂ ਨਾਲ ਦੋਨੇ ਹੀ ਦਲ ਇੱਕ ਦੂਜੇ ਨੂੰ ਧਰਤੀ ਉੱਪਰ ਸੁੱਟ ਰਹੇ ਬਾਬਾ ਜੀ ਨੇ ਘੋੜੇ ਨੂੰ ਚਾਬਕ ਮਾਰਿਆ ਜਨਰਲ ਤਕੀ ਬੇਗ ਦੇ ਹਾਥੀ ਜਿਹੜਾ ਅੱਗੇ ਵੱਧ ਰਿਹਾ ਸੀ ਉਹਦੇ ਮੱਥੇ ਉੱਤੇ ਅਸਵਾਰ ਦਾ ਆਖਾ ਬਣ ਕੇ ਘੋੜੇ ਨੇ ਪੈਰ ਰੱਖ ਦਿੱਤੇ ਬਾਬਾ ਜੀ ਨੇ ਤਕੀ ਬੇਗ ਦਾ ਸਾਰਾ ਜਿਸਮ ਲੋਹੇ ਵਿੱਚ ਮੜਿਆ ਤੱਕਿਆ ਉਸਦੇ ਵਾਰਾਂ ਨੂੰ ਆਪਣੀ ਢਾਲ ਨਾਲ ਰੋਕਦਿਆਂ ਹੋਇਆ ਆਖਰ ਉਹਦੇ ਮੂੰਹ ਵਿੱਚ ਕੱਸ ਕੇ ਨੇਜਾ ਮਾਰਿਆ ਕਿਉਂਕਿ ਇਹੀ ਇੱਕ ਅੰਗ ਸੰਜੋ ਤੋਂ ਬਚਿਆ ਹੋਇਆ ਸੀ ਨੇਜਾ ਆਪਣਾ ਕੰਮ ਕਰ ਗਿਆ ਫੱਟ ਕਾਫੀ ਡੂੰਘਾ ਲੱਗਾ ਡੂੰਘੇ ਫੱਟ ਨੇ ਜ਼ਖਮੀ ਕਰ ਦਿੱਤਾ ਤਕੀ ਬੇਗ ਜਰਨੈਲ ਨੂੰ ਜ਼ਖਮ ਦੀ ਤਾਬ ਨਾਲ ਚੱਲਦਾ ਹੋਇਆ ਤੀਰ ਨਾਲ ਕਰਲਾਉਂਦਾ ਹੋਇਆ ਤਕੀ ਬੇਗ ਹਾਥੀ ਮੋੜ ਕੇ ਮੈਦਾਨ ਵਿੱਚ ਪਿੱਠ ਦੇ ਕੇ ਵਾਪਸ ਆ ਗਿਆ ਆਉਂਦੇ ਨੂੰ ਨਾਇਬ ਸੂਬੇਦਾਰ ਮੋਮਨ ਖਾਨ ਨੇ ਵੇਖਿਆ ਤੇ ਮਖੌਲ ਕੀਤਾ ਕਹਿੰਦਾ ਤਕੀ ਬੇਗ ਸਗੋਂ ਆਪ ਪਾਨਾਂ ਦਾ ਬੀੜਾ ਚੂਬਦੇ ਆ ਰਹੇ ਹੋ ਤੜਫਦੀ ਹੋਈ ਆਵਾਜ਼ ਵਿੱਚ ਇੱਕ ਹੀ ਸ਼ਬਦ ਉਹ ਕਹਿ ਸਕਿਆ ਕਹਿੰਦਾ ਮੋਮਨ ਖਾਨ ਆਪ ਅੱਗੇ ਵਧੋ ਗੈਰਤ ਅਣਖ ਮਰਦਾਨਗੀ ਵਿਖਾਉਣ ਲਈ ਜੇ ਵਿੱਚ ਹਿੰਮਤ ਹੈ ਤਾਂ ਥੋੜਾ ਜਿਹਾ ਹੀ ਅੱਗੇ ਹੋਵੋ ਬਾਬਾ ਤਾਰਾ ਸਿੰਘ ਜੀ ਅੱਗੇ ਪਾਨਾਂ ਦੇ ਬੀੜੇ ਵੰਡ ਰਹੇ ਨੇ ਆਪ ਵੀ ਜਾ ਕੇ ਉੱਥੋਂ ਇੱਕ ਲੈ ਸਕਦੇ ਹੋ ਇਹ ਨਾ ਕਹਿ ਕੇ ਤਕੀ ਬੇਗ ਜ਼ਖਮਾਂ ਦੀ ਤਾਬ ਨਾਲ ਚੱਲਦਾ ਹੋਇਆ ਮਰ ਗਿਆ ਇਹਦੀ ਮੌਤ ਨੂੰ ਵੇਖ ਕੇ ਮੋਮਨ ਖਾਨ ਦੀਆਂ ਅੱਖਾਂ ਵਿੱਚ ਅੰਗਿਆਰੇ ਵੱਲ ਉੱਠੇ ਉਸਨੇ ਸਿੱਖਾਂ ਨੂੰ ਮਕਾਉਣ ਲਈ ਆਪਣੇ ਭਤੀਜੇ ਮਰੀਦ ਖਾਨ ਨੂੰ ਹੁਕਮ ਦਿੱਤਾ ਕਿ ਆਪ ਆਪਣੀ ਸੈਨਾ ਸਮੇਤ ਅੱਗੇ ਵਧੋ ਬਾਬਾ ਤਾਰਾ ਸਿੰਘ ਜੀ ਦਾ ਡੇਰਾ ਖਾਕ ਵਿੱਚ ਮਿਲਾ ਦਿਓ ਉਹਨਾਂ ਨੂੰ ਪਕੜ ਕੇ ਮੇਰੇ ਪੇਸ਼ ਕਰੋ ਮਰੀਦ ਖਾਨ ਆਪਣੇ ਜਨਰਲ ਦਾ ਹੁਕਮ ਮੰਨ ਕੇ ਆਪਣਾ ਹਾਥੀ ਆਪਣੀ ਸੈਨਾ ਲੈ ਕੇ ਰਣ ਤੱਤੇ ਵਿੱਚ ਆਏ ਜੂਝਣ ਦਾ ਤਾਂ ਹੈ ਯੋਧਿਆਂ ਨੂੰ ਚਾਵਾਂ ਵਿੱਚ ਝੂਮਦੇ ਹੋਏ ਦੋਵੇਂ ਦਲ ਇੱਕ ਦੂਜੇ ਦੇ ਸਵਾਗਤ ਲਈ ਅੱਗੇ ਵਧੇ ਆਓ ਜਰਾ ਵੇਖੀਏ ਮਰੀਦ ਖਾਨ ਵੱਧਦੇ ਹੋਏ ਨੂੰ ਘੇਰ ਕੇ ਸੂਰਮਾ ਭੀਮ ਸਿੰਘ ਰੱਤੋਕਿਆਂ ਵਾਲਾ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਲਿਸ਼ਕਾਉਂਦਾ ਹੋਇਆ ਅੱਗੇ ਵਧਿਆ ਯੋਧੇ ਨੇ ਰੋਕ ਕੇ ਹਾਥੀ ਨੂੰ ਅਜਿਹਾ ਵਾਰ ਕੀਤਾ ਉਹਦਾ ਕੰਨ ਕੱਟ ਦਿੱਤਾ ਸੁੰਡ ਕੱਟੀ ਗਈ ਦੰਦ ਕੱਟਿਆ ਗਿਆ ਤੇ ਆਖਰ ਕਰਲਾਉਂਦਾ ਹੋਇਆ ਹਾਥੀ ਪਿੱਛੇ ਨੂੰ ਭੱਜਾ ਇਸ ਯੁੱਧ ਵਿੱਚ ਸੂਰਮੇ ਭੀਮ ਸਿੰਘ ਨੇ ਜਿੱਥੇ ਹੋਰਨਾਂ ਦਾ ਨਾਸ ਕੀਤਾ ਉੱਥੇ ਮਰੀਦ ਖਾਨ ਨੂੰ ਕਿਵੇਂ ਮਾਰਿਆ ਬਾਈ ਗੁਗਲੱਛੇ ਚੜਿਆ ਖੂਨ ਧਿਆਇਆ ਇਹ ਮਰਦੋ ਮੌਤ ਖੜਾ ਵੀ ਸਾਡੀ ਕਹਿੰਦਾ ਹਰ ਇੱਕ ਗੱਲੇ ਐਸੀ ਗਰਗੀ ਦੇ ਗਦਰਾਂ ਵਿੱਚ ਵੈਰ ਖੂਨ ਦੇ ਚੱਲੇ ਧਨੀ ਧਨਿਸ਼ਦਾ ਫੌਜੀ ਅਫਸਰ ਸ਼ਾਹ ਤੀਰਾਂ ਦੀ ਕਰਦਾ ਸਫਾ ਮਿਸਾਈ ਜਾਂਦਾ ਜਾਪੇ ਨਿਗਾਹ ਜਿਧਰ ਵੀ ਧਰਦਾ ਪੰਨਾ ਪੇਜ ਉਸ ਦੀ ਜਾਵੇ ਸਿੰਘਾਂ ਮੋਰਚੇ ਮੱਲੇ ਐਸੀ ਗਰਗੀ ਦੇ ਗਦਰਾਂ ਵਿੱਚ ਵੈਰ ਖੂਨ ਦੇ ਚੱਲੇ ਹੱਲੇ ਤੇ ਕਰਵਾਉਂਦਾ ਹੱਲਾ ਮੋਰੀ ਬਣ ਕੇ ਦਲਦਾ ਮੁੜਦਾ ਚਾਰਾ
ਝੁਕਾਇਆ ਹੋਵੇ ਵੀ ਹਾਥੀ ਉੱਤੇ ਚੜ ਕੇ ਮਰੀਦ ਖਾਂ ਵੀ ਮਾਰਿਆ ਗਿਆ। ਮੋਮਨ ਖਾਂ ਨੇ ਗੁੱਸੇ ਵਿੱਚ ਆ ਕੇ ਸਾਰੇ ਹੀ ਸਿੰਘਾਂ ਨੂੰ ਖਤਮ ਕਰ ਲਈ, ਇੱਕੇ ਵਾਰੀ ਹੀ ਫੌਜਾਂ ਚੋਕ ਦਿੱਤੀਆਂ। ਆਓ ਸੁਣੀਏ ਪਿਆਰ ਨਾਲ ਬਏ। ਗੁੱਸਾ ਖਾ ਕੇ ਮੋਮਨ ਖਾਨ ਫੌਜਦਾਰ ਨੇ ਚੋਕ ਦੀਆਂ ਫੌਜਾਂ ਕੇਰਾ ਬੇਸ਼ੁਮਾਰ ਨੇ ਹਾਥੀ ਅੱਗੋਂ ਸਿੰਘਾਂ ਦੱਸਿਆ ਕਮਾਲ ਬਾਲਿਆ ਸਿੰਘਾਂ ਨੇ ਰੂਪ ਜਮ ਕਾਲ ਪਹਿਲਾਂ ਬਹਿ ਕੇ ਮੋੜ ਦੀ ਉਡਾਈਆਂ ਫੱਕੀਆਂ ਵਾਦ ਆਈਆਂ ਫੌਜਾਂ ਜੋ ਵੇ ਨੇੜੇ ਤੱਕੀਆਂ ਰੰਧਾਵਾ ਰਿਕਾਟਨ ਕੰਪਨੀ ਵਿੱਚ ਇਹ ਰਿਕਾਰਡ ਕਰਵਾਇਆ।